गुरुद्वारा दुआबा श्री गुरु सिंह सभा चौक अड्डा होशियारपुर की ओर से प्रथम पातशाही श्री गुरु नानक देव जी महाराज का प्रकाश पर्व बड़ी श्रद्धा पूर्व से मनाया गया। इस मौके पर सर्वप्रथम श्री अखंड पाठ साहिब जी के भोग डाले गए हैं, जिसके पश्चात पंथ प्रसिद्ध रागी जत्थों और स्त्री संघ सभा ने कीर्तन कर उपस्थित संगत को गुरुचरणों से जोड़ा। इस अवसर पर दैनिक सवेरा के मुख्य संपादक शीतल विज ने बतौर मुख्य अतिथि शिरकत कर माथा टेक आशीर्वाद प्राप्त किया, जिन्हें गुरुद्वारा प्रबंधक कमेटी की ओर से सरोपा साहिब देकर सम्मानित भी किया गया। इस मौके पर गुरुद्वारा प्रबंधक कमेटी के चेयरमैन परमजीत सिंह हीरा भाटिया, प्रधान अमृत पाल सिंह भाटिया, जनरल सचिव मक्खन सिंह, दीदार सिंह विरदी, प्रोफेसर बूटा सिंह भाटिया, जथेदार सरदारा सिंह मक्कड़, बाबा सतबीर सिंह, मन महेंद्र सिंह संदल, मनमोहन भाटिया, बीबी सुरेंद्र कौर, बीबी हरचिंदर कौर सहित असंख्य भक्तजन मौजूद रहे। जालंधर से हलचल के लिए सुरेंद्र बाबा की रिपोर्ट। ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਅੱਜ ਸਮੂਹ ਸਾਧ ਸੰਗਤ ਨੂੰ, ਸ਼ਹਿਰ ਵਾਸੀਆਂ ਨੂੰ, ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ। ਅੱਜ ਸਾਰੇ ਸੰਸਾਰ ਪਹਿਲੀ ਪਾਤਸ਼ਾਹੀ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੀ ਸ਼ਾਨੋ ਸ਼ੌਕਤ ਨਾਲ ਮਨਾ ਰਿਹਾ। ਨਾਲ ਹੀ ਗੁਰੂ ਮਹਾਰਾਜ ਨੇ ਸਾਨੂੰ ਮਾਨਵਤਾ ਦਾ ਸੰਦੇਸ਼ ਦਿੱਤਾ, ਉਸੇ ਲੜੀ 'ਤੇ ਪਹਿਰਾ ਦਿੰਦੇ ਹੋਏ ਅੱਜ ਅਸੀਂ ਵੀ ਕਹਾਂਗੇ, ਜੋ ਪੰਜਾਬ 'ਚ ਕੁਛ ਮਾਹੌਲ ਗਲਤ ਬਣਿਆ ਹੋਇਆ, ਸੰਗਤ ਨੂੰ ਇਹ ਦੱਸਣਾ ਚਾਹਾਂਗੇ ਕਿ ਗੁਰੂ ਮਹਾਰਾਜ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਅਤੇ ਅਸੀਂ ਵੀ ਉਸ 'ਤੇ ਪਹਿਰਾ ਦਈਏ। ਗੁਰੂ ਮਹਾਰਾਜ ਪੂਰੀ ਸੰਗਤ ਦੇ ਸਾਂਝੇ ਗੁਰੂ ਸਨ, ਉਹਨਾਂ ਦੀ ਪ੍ਰੇਰਣਾ ਜੋ ਵੀ ਹੈ ਉਹ ਕਿਸੇ ਇੱਕ ਧਰਮ ਨੂੰ ਨਹੀਂ ਹੈ, ਸਾਰਿਆਂ ਨੂੰ ਹੈ। ਅੱਜ ਦੇਖੋ ਸਾਰਾ ਸੰਸਾਰ ਕੋਈ ਧਰਮ ਐਸਾ ਨਹੀਂ ਜੋ ਗੁਰੂ ਮਹਾਰਾਜ ਦਾ ਪ੍ਰਕਾਸ਼ ਉਤਸਵ ਨਹੀਂ ਮਨਾ ਲਿਆ। ਤਰ੍ਹਾਂ ਤਰ੍ਹਾਂ ਦੇ ਲੰਗਰ, ਤਰ੍ਹਾਂ ਤਰ੍ਹਾਂ ਦੇ ਗੁਰਦੁਆਰੇ, ਕਿਤੇ ਵੀ ਜਿੱਥੇ ਵੀ ਹੈ ਉੱਥੇ ਰੌਣਕਾਂ ਲੱਗੀਆਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਆਬਾ ਸ਼੍ਰੀ ਗੁਰੂ ਸਿੰਘ ਸਭਾ ਚੌਕ ਅੰਡਾ ਹੁਸ਼ਿਆਰਪੁਰ ਵਿਖੇ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਵੱਲੋਂ ਪੂਰੇ ਇੱਥੇ ਇੰਤਜ਼ਾਮ ਕੀਤੇ ਹਨ ਔਰ ਰਾਗੀ ਢਾਡੀ ਜਥੇ ਇਹ ਸਾਰੇ ਸੰਗਤਾਂ ਨੂੰ ਕੀਰਤਨ ਅਤੇ ਕਥਾ ਦੁਆਰਾ ਨਿਹਾਲ ਕਰ ਰਹੇ ਹਨ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਿਵ ਸਿੰਘ ਕੀਰਤਨ ਕੌਂਸਲ ਸਭਾ, ਭਾਈ ਲਖਵਿੰਦਰ ਸਿੰਘ ਜੀ ਹਜੂਰੀ ਲਾਗੀ ਗੁਰਦੁਆਰਾ ਸਾਹਿਬ, ਭਾਈ ਭਵਨੀਤ ਸਿੰਘ ਜੀ, ਇਸਤਰੀ ਸਤਸੰਗ ਸਭਾ, ਬੀਬੀ ਭਾਨੀ ਜੀ ਸੇਵਕ ਸਭਾ ਅਤੇ ਬੀਬੀ ਭਾਨੀ ਜੀ ਅਕੈਡਮੀ ਦੇ ਬੱਚੇ, ਇਹਨਾਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਰਾਹੀਂ ਨਿਹਾਲ ਕੀਤਾ। ਔਰ ਇਸੇ ਤਰ੍ਹਾਂ ਇਹ ਸਾਰੇ ਸੁਸਾਇਟੀਆਂ ਸਹਿਯੋਗ ਇਲਾਕਾ ਨਿਵਾਸੀ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਹਨ ਔਰ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾ ਰਹੇ ਹਨ। ਔਰ ਇਸ ਅਵਸਰ 'ਤੇ ਮੈਂ ਸਾਰਿਆਂ ਨੂੰ, ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦੀ ਹਾਂ।